ਭਾਜਪਾ ਸਮਾਜ ਨੂੰ ਵੰਡ ਰਹੀ ਹੈ। ਸੰਸਦ ਮੈਂਬਰ ਸਵਿਤਰੀ ਬਾਈ ਫੂਲੇ। ਭਾਜਪਾ ਦੀ ਬਾਗੀ ਸੰਸਦ ਮੈਂਬਰ ਸਵਿਤਰੀ ਬਾਈ ਨੇ ਲੰਘੇ ਦਿਨ ਕਾਂਗਰਸ ਜੁਆਇਨ ਕਰ ਲਈ। ਸਵਿਤਰੀ ਬਾਈ ਨੇ ਕਿਹਾ ਕਿ ਭਾਜਪਾ ਸਮਾਜ ਵਿੱਚ ਵੰਡੀਆਂ ਪਾ ਰਹੀ ਹੈ। ਅੱਜ ਮੈਨੇ ਭਾਰਤੀ ਜਨਤਾ ਪਾਰਟੀ ਛੋੜਕਰ ਕਾਂਗਰਸ ਪਾਰਟੀ ਮੈਨੇ ਜੁਆਇਨ ਕਰ ਲਈ ਹੈ। ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਕੇ ਬਣਾਏ ਗਏ ਭਾਰਤ ਕੇ ਸੰਵਿਧਾਨ ਆਰਕਸ਼ਣ ਕੇ ਤਹਿਤ ਬਹਿਰਾਈ ਸੁਰੱਖਿਅਤ ਸ਼ੀਰਸੇ ਮੈਂ ਸਾਂਸਦ ਕਾ ਚੁਣਾਵ ਜੀਤ ਕਰਕੇ ਆਈ ਹੂੰ। ਔਰ ਜਬ ਸੇ ਮੈਂ ਲੋਕ ਸਭਾ ਮੈਂ ਪਹੁੰਚੀ ਹੂੰ, ਤਬ ਸੇ ਮੁਝੇ ਦੇਖਨੇ ਕੋ ਪੜ੍ਹਨੇ ਕੋ ਮਿਲਤਾ ਹੈ ਕਿ ਬੀਜੇਪੀ ਕੇ ਆਰਐਸਐਸ ਕੇ ਪ੍ਰਮੁੱਖ ਮੋਹਨ ਭਾਗਵਤ ਬੋਲਤੇ ਹੈ ਕਿ ਹਮ ਭਾਰਤ ਕੇ ਸੰਵਿਧਾਨ ਆਰਕਸ਼ਣ ਕੋ ਕੀ ਸਮੀਖਿਆ ਕਰੇਂਗੇ। ਬੀਜੇਪੀ ਕੇ ਹੀ ਰਾਜ ਸਭਾ ਸਾਂਸਦ ਬੋਲਤੇ ਹੈ ਕਿ ਹਮ ਭਾਰਤ ਕੇ ਸੰਵਿਧਾਨ ਆਰਕਸ਼ਣ ਕੋ ਐਸਾ ਸਮਾਪਤ ਕਰੇਂਗੇ ਕਿ ਰਹਿਣਾ ਨਾ ਰਹਿਣਾ ਬਰਾਬਰ ਹੋਗਾ। ਭਾਰਤ ਮੇਂ ਬਹੁਜਨ ਸਮਾਜ ਕੇ ਲੀਏ ਜੋ ਭਾਰਤ ਕੇ ਸੰਵਿਧਾਨ ਮੇਂ ਦੀ ਗਈ ਕਾਨੂੰਨ ਕੇ ਸਾਥ ਭਾਰਤੀ ਜਨਤਾ ਪਾਰਟੀ ਖਿਲਵਾੜ ਕਰ ਰਹੀ ਹੈ, ਸੰਪੂਰਨ ਰੂਪ ਸੇ ਬਹੁਜਨ ਸਮਾਜ ਕਾ ਅਧਿਕਾਰ ਛੀਨਣਾ ਚਾਹਤੀ ਹੈ। ਇਸ ਲਈ ਭਾਰਤੀ ਜਨਤਾ ਪਾਰਟੀ ਕੋ ਹਰਾਨੇ ਕੇ ਲੀਏ ਔਰ ਦੇਸ਼ ਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਕੋ ਪ੍ਰਧਾਨ ਮੰਤਰੀ ਬਣਨੇ ਸੇ ਰੋਕਨੇ ਕੇ ਲੀਏ ਮੈਨੇ ਕਾਂਗਰਸ ਕਾ ਦਾਮਨ ਥਾਮਾ ਹੈ। ਔਰ ਇਸ ਲਈ ਕਿ ਯਦਿ ਬੀਜੇਪੀ ਦੁਬਾਰਾ ਕੇਂਦਰ ਮੇਂ ਆਤੀ ਹੈ ਤੋ ਹਮਾਰਾ ਭਾਰਤ ਕਾ ਸੰਵਿਧਾਨ ਖਤਰੇ ਮੇਂ ਹੈ ਔਰ ਬਹੁਜਨ ਸਮਾਜ ਕਾ ਆਰਕਸ਼ਣ ਖਤਰੇ ਮੇਂ ਹੈ।